ਪਾਸੇ ਲੱਖਾਂ ਸਟੈਂਡ ਆ ਰਹੇ ਨੇ ਸਕੂਟਰ ਨੇ, ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਇਹ ਰੋਕਣ ਦੀ ਪੂਰੀ ਤਿਆਰੀ ਕਰ ਲਈ। ਹੁਣ ਦੇਖਣ ਵਾਲਾ ਹੋਏਗਾ ਕੀ ਕੋਈ ਇੱਥੇ ਚੱਪ ਹੁੰਦੀ ਹੈ ਜਾਂ ਸਮਝੌਤੇ ਨਾਲ ਗੱਲਬਾਤ ਹੁੰਦੀ ਹੈ। ਦੇਖੋ ਤੁਸੀਂ ਅਗਲੇ ਨਹੀਂ ਤੁਸੀਂ ਮੈਨੂੰ ਦੱਸੋ, ਸਾਨੂੰ ਇੱਕ ਸ਼ਾਂਤਮਈ ਨਹੀਂ ਮਾਰਚ ਕਰਨ ਫੇਰ ਤਾਂ ਅਸੀਂ ਕਿਸੇ ਦਾ ਘਾਓ ਨੀ ਕਰਨ ਜਾ ਰਹੇ। ਹੈਲੋ ਸ਼ਾਂਤਮਈ ਮਾਰਚ ਉਹ ਆਪਾਂ ਕਰਨਾ ਠੀਕ ਆ, ਆਹ ਰੌਲਾ ਨਾ ਆਪਾਂ ਰੌਲਾ ਪਾਈ ਜਾਂਦੇ ਆ ਨਾ ਗੱਲ ਸੁਣ ਦੇ ਵਾਸਤਾ, ਜਾਂ ਫਿਰ ਅਸੀਂ ਪਿੱਛੇ ਹੋਣਾ ਤੁਸੀਂ ਅੱਗੇ ਆਵੇ ਗੱਲ ਕਰ ਰੱਖੇ ਬੈਜਾ ਯਾਰ।
ਫੇਸਬੁੱਕ ਤੋਂ ਅਸੀਂ ਬੈਨਰ ਮਾਰ ਦੇਣ ਚੱਲਦਾ ਨਾ ਜੀ। ਤੁਸੀਂ ਦੇਖ ਰਹੇ ਹੋ ਫਰੀਦਕੋਟ ਤੋਂ ਜਿਹੜਾ ਰੋਸ ਪ੍ਰਦਰਸ਼ਨ ਹੈ, ਜਿਹੜੀ ਸੰਘਰਸ਼ ਕਮੇਟੀ ਸੀ ਉਹ ਕਿਤੇ ਕਿਤੇ ਝੁਕ ਗਈ ਹੈ, ਰੋਕੀ ਹੈ, ਪਰ ਲੱਖਾਂ ਸਥਾਨਾ ਉਹ ਜਿਹੜੇ ਨੌਜਵਾਨ ਸਾਥੀ ਨੇ ਲਗਾਤਾਰ ਜਾਰੀ ਰੱਖ ਰਹੇ ਨੇ। ਬਹੁਤ ਜ਼ਿਆਦਾ ਕਮਾਲ ਦਾ ਪ੍ਰਦਰਸ਼ਨ ਹੈ, ਬਹੁਤ ਅੱਛਾ ਰੋਸ ਪ੍ਰਦਰਸ਼ਨ। ਇੱਕ ਪਾਸੇ ਸੰਘਰਸ਼ ਕਮੇਟੀ ਆ, ਉਸ ਸਟੇਜ ਉੱਤੇ ਲੱਖਾਂ ਦਾ ਕਦੀ ਨਹੀਂ ਦਿੱਤੀ। ਲੱਖਾਂ ਦੇ ਸਪੋਰਟਰ ਹੋ ਕੇ ਅਸੀਂ ਮਾਰਚ ਕਰਨਾ ਹੀ ਕਰਨਾ, ਤੁਸੀਂ ਦੇਖ ਰਹੇ ਹੋ ਰੋਸ ਪ੍ਰਦਰਸ਼ਨ। ਬਹੁਤ ਜਨਤਾ ਨੇ ਹੰਗਾਰਾ ਭਰਿਆ, ਬਹੁਤ ਜ਼ਿਆਦਾ ਭਰਿਆ, ਲਾਸ਼ ਲੈਣ ਵਾਸਤੇ ਤਰਲੇ ਮਾਰਦੇ ਪਏ ਆ, ਬਹੁਤ ਜਨਤਾ ਨੇ ਹੰਗਾਰਾ ਬਾਈ। ਕੱਲ ਤੁਹਾਡੀ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨਾਲ ਵੀ ਗੱਲ ਹੋਈ? ਹੋਈ ਸੀ, ਉਹਨੇ ਤਾਂ ਮੈਨੂੰ ਇੰਨੇ ਆਖਿਆ ਵੀ ਸ਼ਾਂਤ ਰਹਿਣ ਵਾਸਤੇ, ਬਾਅਦ ਦੀ ਗੱਲ ਕਰਾਂਗੇ, ਸ਼ਾਂਤ ਰਹਿਣ ਵਾਸਤੇ ਜਿੰਨੇ ਮੁਲਕ ਨੂੰ ਅਪੀਲ ਕਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਅਪੀਲ ਕਰ ਲੋਕਾਂ ਨੂੰ। ਅੱਜ ਤੁਸੀਂ ਕੋਈ ਰੋਸ ਪ੍ਰਦਰਸ਼ਨ ਕੀਤਾ? ਇਕੱਲਾ ਸਿਰਫ ਇੱਥੇ ਬਹਿ ਕੇ ਆਹ ਚੀਜ਼ ਚੱਲੀ ਆ, ਜੋ ਮੁੰਡਿਆਂ ਨੇ ਬੜੀ ਮਿਹਰਬਾਨੀ ਬੜਾ ਬਹੁਤ ਵਧੀਆ ਕੀਤਾ। ਮੇਰੀ ਧੀ ਨੂੰ ਲਾਸ਼ ਦੇ ਦਿਓ। ਬਾਬਾ ਜੀ, ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਮੀਡੀਆ ਵਾਲਿਆਂ ਨੂੰ ਸਾਰਾ ਕੁਛ ਪਤਾ ਹੀ। ਤੰਗ ਕਾਲਾ ਕਰਦੇ ਆ, ਤੰਗ ਵਿਚਾਰਾ ਕਾਲੇ ਕਰਦੇ ਆ, ਦੁਆ ਦਿਓ ਲਾ ਜਨਤੋ, ਮੈਂ ਸਤਿਕਾਰ ਕਰ ਰਿਹਾ, ਮੇਰਾ ਦਿਲ ਸ਼ਾਂਤ ਹੋ ਜੇ, ਮੇਰੀ ਧੀ ਦਾ ਦਿਲ ਸ਼ਾਂਤ ਹੋ ਜੇ, ਦੁਆ ਦਿਓ ਲਾਸ਼ ਹੋਏ। ਮੈਡਮ ਆਇਓ ਅੱਗੇ, ਵੜ ਜਾਓ ਬਾਪੀ, ਤੁਸੀਂ ਗੱਲ ਕਰਦੇ ਹੋ।
ਮੈਡਮ ਕੀ ਕਿਉਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਜਿਹੜਾ ਇਹ ਡੰਗ ਦਾ ਪ੍ਰੋਟੈਸਟ ਸਰ ਡੂ ਯੂ ਥਿੰਕ ਤੁਹਾਨੂੰ ਇਹ ਕੁਐਸਚਨ ਪੁੱਛਣਾ ਵੀ ਚਾਹੀਦਾ ਸੀ ਕਿਉਂ ਪ੍ਰੋਟੈਸਟ ਕਰ ਰਹੇ ਆ ਇੱਕ ਮੁੰਡੇ ਦੀ ਕਿੰਨੇ ਦਿਨਾਂ ਤੋਂ ਲਾਸ਼ ਨਹੀਂ ਦੇ ਰਹੇ ਹੈਗੇ ਉਹਦੇ ਮਾਪੇ ਇੰਨੀ ਦੇਰ ਤੋਂ ਪ੍ਰੋਟੈਸਟ 'ਚ ਬੈਠੇ ਆ ਪੂਰੇ ਪੰਜਾਬ ਤੋਂ ਲੋਕ ਉਹਨਾਂ ਦੇ ਲਈ ਆਏ ਆ ਠੀਕ ਹੈ ਤੇ ਇਸ ਵਾਰ ਪੁੱਛਣ ਵਾਲੇ ਨਹੀਂ ਵੀ ਅਸੀਂ ਪ੍ਰੋਟੈਸਟ ਕਿਉਂ ਕਰ ਰਹੇ ਆ ਕਿਸੇ ਨੂੰ ਕੋਈ ਹੱਕ ਨਹੀਂ ਗਾ ਪਹਿਲੀ ਗੱਲ ਆ ਕਿ ਕਸਟਡੀ ਦੇ ਵਿੱਚ ਕਿਸੇ ਨੂੰ ਮਾਰੇ ਇੱਕ ਦੂਜੀ ਗੱਲ ਜੇ ਕਸਟਡੀ ਦੇ ਵਿੱਚ ਤੁਸੀਂ ਇਹੋ ਜਿਹੀ ਹਰਕਤ ਕਰ ਹੀ ਦਿੱਤੀ ਆ ਇੱਕ ਤੁਸੀਂ ਉਹਦੀ ਲਾਸ਼ ਨਹੀਂ ਰੱਖ ਸਕਦੇ ਲਾਸ਼ ਤਾਂ ਇੰਟਰਨੈਸ਼ਨਲ ਜਿਹੜੇ ਪ੍ਰਿਜ਼ਨਰ ਆਫ ਵਾਰ ਹੁੰਦੇ ਜਾਂ ਜਿਹੜੇ ਵਾਰ ਦੇ ਵਿੱਚ ਮਰਦੇ ਆ ਦੂਜੇ ਦੇਸ਼ ਦੇ ਆਪਾਂ ਤਾਂ ਉਹਨਾਂ ਦੀਆਂ ਲਾਸ਼ਾਂ ਨਹੀਂ ਰੱਖ ਸਕਦੇ ਹੈਗੇ ਤੇ ਫਿਰ ਪੁਲਿਸ ਨੂੰ ਕਿਹਨੇ ਹੱਕ ਦਿੱਤਾ ਆ ਕਿ ਇੱਕ ਤੁਸੀਂ ਆਮ ਨੌਜਵਾਨ ਨੂੰ ਚੱਕ ਕੇ ਲੈ ਜਾਓ ਤੇ ਉਹਨੂੰ ਤੁਸੀਂ ਮਾਰ ਕੇ ਤੇ ਉਹਦੀ ਲਾਸ਼ ਵੀ ਨਾ ਦਵੋ ਤੇ ਉੱਤੇ ਜੀ ਫਿਰ ਉਹਨੂੰ ਬਦਨਾਮ ਕਰਨ ਲਈ ਨਵੀਆਂ ਨਵੀਆਂ ਕਹਾਣੀਆਂ ਘੜ ਰਹੇ ਆ ਲੋਕ ਲਹਿਰ ਨੂੰ ਖਤਮ ਕਰਨ ਲਈ ਕਿੱਡੀ ਘਟੀਆ ਗੱਲ ਆ ਤੇ ਪਰਿਵਾਰ ਇੱਥੇ ਇੰਨੀ ਦੇਰ ਤੋਂ ਬੈਠਾ ਬਾਪੂ ਜੀ ਇੰਨੀ ਦੇਰ ਤੋਂ ਤੁਹਾਨੂੰ ਰਿਕੁਐਸਟ ਕਰ ਰਹੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਇੱਥੇ ਦੇ MLA ਨੂੰ ਤੇ ਪੰਜਾਬ ਸਰਕਾਰ ਦੇ ਕੰਮ ਦੇ ਉੱਤੇ ਜੂ ਨਹੀਂ ਸਕਦੀ ਇਹਨਾਂ ਨੂੰ ਅਕਲ ਨਹੀਂ ਆਉਂਦੀ ਬਿਲਕੁਲ ਵੀ ਇਹਨਾਂ ਦੇ ਆਪਦੇ ਘਰ ਵੀ ਤਾਂ ਹੈਗੇ ਆ ਪੁੱਤ ਜਦੋਂ ਇਹਨਾਂ ਦੇ ਆਪਣੇ ਘਰ ਇੱਦਾਂ ਅੱਗ ਲੱਗੂਗੀ ਫਿਰ ਪਤਾ ਲੱਗੂਗਾ ਇਹਨਾਂ ਨੂੰ ਜਿਹੜੇ ਤੁਸੀਂ ਇੱਕ ਕੁਐਸਚਨ ਕੀਤਾ ਸੀਗਾ ਵੀ ਲਾਸ਼ ਲੱਭ ਰਹੇ ਕਿ ਨਹੀਂ ਲੱਭ ਰਹੇ ਉਹ ਲਾਸ਼ ਤਾਂ ਨਹੀਂ ਲੱਭ ਰਹੇ ਉਹਨਾਂ ਨੇ ਮੁੰਡੇ ਨੂੰ ਮਾਰਿਆ ਕੁੱਟ ਕੁੱਟ ਕੇ ਮਾਰਿਆ ਜੇ ਲਾਸ਼ ਸਾਹਮਣੇ ਆਉਂਦੀ ਆ ਉਹ ਗੱਲ ਸਾਰੀ ਸਾਹਮਣੇ ਆਊਗੀ ਉਹਨੇ ਕੋਈ ਫਾਹਾ ਨਹੀਂ ਲਿਆ ਗਿਆ ਸਿਰਫ ਇਹਨਾਂ ਨੇ ਕੁੱਟ ਕੁੱਟ ਕੇ ਮਾਰਿਆ ਉਹ ਤਾਂ ਨਹੀਂ ਲਾਸ਼ ਲੱਭ ਰਹੇ ਗੇ ਜਿਹੜਾ ਅੱਜ ਅਸੀਂ ਸੰਘਰਸ਼ ਕਮੇਟੀ ਤੋਂ ਵੱਖਰਾ ਹੋ ਗਿਆ ਜਿਹੜਾ ਪਹਿਲਾਂ ਸੰਘਰਸ਼ ਕਮੇਟੀ ਨੇ ਪਹਿਲਾਂ ਇਹ ਕਿਹਾ ਸੀਗਾ ਵੀ ਅਸੀਂ ਮਾਰਚ ਕਰਾਂਗੇ ਸਾਰੇ ਨੌਜਵਾਨਾਂ ਨੇ ਇਸ ਚੀਜ਼ ਦੀ ਵੇਟ ਕੀਤੀ 3 ਵਜੇ ਤੱਕ ਪਰ 3 ਵਜੇ ਸੰਘਰਸ਼ ਕਮੇਟੀ ਨੇ ਜਵਾਬ ਦਿੱਤਾ ਵੀ ਅਸੀਂ ਮਾਰਚ ਨਹੀਂ ਕਰਨਾ ਇੱਥੇ ਲੋਕਾਂ ਨੂੰ ਕਿਉਂ ਸੱਦਿਆ ਸੀਗਾ ਜੇ ਮਾਰਚ ਨਹੀਂ ਕਰਨਾ ਸੀ ਜੇ ਰੋਸ ਨਹੀਂ ਕਰਨਾ ਸੀ ਪਰ ਸਾਰੇ ਨੌਜਵਾਨਾਂ ਨੇ ਇੱਕ ਸਾਈਡ ਹੋ ਕੇ ਜਿਹੜਾ ਸ਼ਹਿਰ ਦੇ ਵਿੱਚ ਮਾਰਚ ਕੀਤਾ ਇਹ ਇੱਕ ਸੁਨੇਹਾ ਹੀ ਦਿੱਤਾ ਉਸ ਤੋਂ ਬਾਅਦ ਜੇ 5-7 ਦਿਨਾਂ ਦੇ ਵਿੱਚ ਨਾ ਹੱਲ ਹੋਇਆ ਤਾਂ ਜਿਹੜਾ ਅੰਮ੍ਰਿਤਸਰ ਵਾਲਾ ਵੱਡਾ ਰੋਡ ਆ ਉਹਨੂੰ ਅਸੀਂ ਰੈਗੂਲਰ ਪੱਕਾ ਜਾਮ ਕਰਾਂਗੇ ਜਿੰਨਾ ਚਿਰ ਜਸਪਾਲ ਦੀ ਲਾਸ਼ ਨਹੀਂ ਮਿਲਦੀ ਤੇ ਇਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਖਾਲਸਾ ਜੀ ਤੁਹਾਡੇ ਤੇ ਵੀ ਪੁਲਿਸ ਨੇ ਕਾਫੀ ਸਖ਼ਤ ਕੀਤੀਆਂ ਸੀਗੀਆਂ ਤੁਹਾਨੂੰ ਵੀ ਟੌਰਚਰ ਕੀਤਾ ਗਿਆ ਸੀਗਾ ਕੀ ਲੱਗਦਾ ਪੁਲਿਸ ਇਸ ਤਰ੍ਹਾਂ ਬਿਲਕੁਲ ਜੀ ਇਹ ਜਿਹੜਾ 3rd degree ਟੌਰਚਰ ਸਾਡੇ ਤੇ ਹੋਇਆ ਸੀ ਉਦੋਂ ਚੱਡੇ ਸਾਡੇ ਪਾੜੇ ਸੀ ਕਰੰਟ ਲਾਇਆ ਪੁੱਠੇ ਲਮਕਾਇਆ ਉਹ ਚੀਜ਼ ਹੀ ਇਹ ਜਸਪਾਲ ਨਾਲ ਹੋਈ ਆ ਜਿਹੜਾ ਪੁਲਿਸ ਮੈਂ ਦੱਸ ਦੇਣਾ ਸੀ ਸਟਾਫ ਇਸੇ ਫਰੀਦਕੋਟ ਸੀ ਸਟਾਫ ਚ ਰਿਹਾ ਉੱਥੇ ਆਪਾਂ ਕਿਸੇ ਪੁਲਿਸ ਤੋਂ ਪੁੱਛ ਕੇ ਪਾਣੀ ਦੀ ਘੁੱਟ ਨਹੀਂ ਪੀ ਸਕਦੇ ਇਹ ਕਹਿੰਦੇ ਉਹ ਇਹ ਕਹਿ ਰਹੇ ਵੀ ਉਹਨੇ ਫਾਹਾ ਲੈ ਲਿਆ ਉੱਥੇ ਤਾਂ ਪਾਣੀ ਦੀ ਘੁੱਟ ਨਹੀਂ ਪੀ ਸਕਦੇ ਆਪਾਂ ਇਹਨਾਂ ਦੀ ਇਜਾਜ਼ਤ ਤੋਂ ਬਿਨਾਂ ਇਹ ਸਾਰੀ ਸਰਾਸਰ ਜਿਹੜੀ ਸਾਜ਼ਿਸ਼ ਹੈ ਝੂਠ ਆ ਇਹ ਪੁਲਿਸ ਨੇ ਕੁੱਟ ਕੁੱਟੀ ਮਾਰਿਆ ਜਸਪਾਲ ਨੂੰ ਕਿਉਂ ਕਰਕੇ 18 ਤਰੀਕ ਨੂੰ ਚੱਕਿਆ ਸੀਗਾ 19 ਤਰੀਕ ਨੂੰ ਇਲੈਕਸ਼ਨ ਸੀ ਉਹਨਾਂ ਨੂੰ ਆਏ ਸੀ ਕੋਈ ਗੜਬੜ ਨਾ ਹੋਵੇ ਹਾਲਾਂਕਿ ਉਹ ਇਦਾਂ ਦਾ ਇਨਸਾਨ ਨਹੀਂ ਸੀਗਾ ਉਹ ਕੀ ਬੋਲਦਾ ਇਹਨਾਂ ਨੇ ਆਪਦੀਆਂ ਫੀਤੀਆਂ ਲਵਾਉਣ ਵਾਲੇ ਨਰਿੰਦਰ ਅਰਗਿਆ ਨੇ ਕੁੱਟ ਕੁੱਟੀ ਉਸ ਨੌਜਵਾਨ ਨੂੰ ਜਸਪਾਲ ਨੂੰ ਮਾਰਤਾ ਅਗਲਾ ਪ੍ਰੋਗਰਾਮ ਇਹ ਆ ਅੱਜ ਅਸੀਂ ਇੱਕ ਸੁਨੇਹਾ ਦਿੱਤਾ ਸਿਰਫ ਪਰ 5-7 ਦਿਨਾਂ ਵਿੱਚ ਜੇ ਇਹਨਾਂ ਨੂੰ ਲਾਸ਼ ਤੇ ਇਨਸਾਫ਼ ਨਾ ਮਿਲਿਆ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਅੰਮ੍ਰਿਤਸਰ ਵਾਲਾ ਰੋਡ ਪੱਕਾ ਜਾਮ ਕਰਾਂਗੇ ਚਾਹੇ ਸਾਡੇ ਗੋਲੀਆਂ ਮਾਰ ਵੀਰੇ
ਫੈਸਲਾ ਹੋ ਗਿਆ ਸੀ ਕਿ ਇੱਥੇ ਮੁਜ਼ਾਹਰਾ ਕਰਕੇ ਇੱਥੇ ਰੈਲੀ ਕਰਕੇ ਬਾਜ਼ਾਰ ਚ ਮਾਰਚ ਕਰ। ਉਦੋਂ ਬਾਅਦ ਆ ਜਿੰਨੇ ਤੁਸੀਂ ਨੌਜਵਾਨ ਹਜ਼ਾਰਾਂ ਦੀ ਗਿਣਤੀ ਚ ਆਏ ਹੋ, ਪੰਜਾਬ ਦੇ ਕੋਨੇ ਕੋਨੇ ਚੋਂ ਆਏ ਆ, ਜਸਪਾਲ ਦਾ ਦਰਦ ਸਮਝ ਕੇ ਆਏ ਹੋ, ਇਨਸਾਫ਼ ਦਿਵਾਉਣ ਲਈ ਆਏ ਆ। ਅਸੀਂ ਵੀ ਕਹਿੰਦੇ ਸੀ, ਮੈਂ ਵੀ ਗੱਲ ਰੱਖੀ ਸੀ ਕੱਲ ਵੀ ਤੇ ਅੱਜ ਵੀ ਰੱਖੀ ਅਸੀਂ ਸੁਣੀ ਹੋਣੀ ਸਟੇਜ ਤੇ ਕਿ ਇੱਥੇ ਇਕੱਲਾ ਰੈਲੀ ਮੁਜ਼ਾਹਰਾ ਕਰਨ ਵਾਲਾ ਆਪਣੀ ਗੱਲ ਨੀ ਬਣਨੀ, ਇੱਕ ਮਾਰਚ ਜਾਵੇ ਬਾਜ਼ਾਰ ਚ ਲੋਕਾਂ ਚ ਗੱਲ ਜਾਵੇ ਕਿ ਮਸਲਾ ਹੈ ਕੀ ਆ, ਸਰਕਾਰ ਦੇ ਕੰਨਾਂ ਦਾ ਗੱਲ ਜਾਵੇ ਤਾਂ ਉਹ ਗੱਲ ਤੋਂ ਕਹਿੰਦੇ ਵੀ ਆਹ ਜਿਹੜੇ ਇਕੱਠੇ ਹੋਏ ਆ ਤਮਾਸ਼ਬੀਨ ਹੈ, ਇਹ ਹੁਲੜਬਾਜ਼ ਹੈ, ਇਹ ਮਾਹੌਲ ਨੂੰ ਖਰਾਬ ਕਰਨਗੇ, ਅਸੀਂ ਮੁਜ਼ਾਹਰਾ ਮਾਰਚ ਨਹੀਂ ਕਰਨਾ। ਆਪਾਂ ਗੱਲ ਕੀਤੀ ਸੀ, ਆਪਾਂ ਮਾਰਚ ਕੀਤਾ, ਆਪਾਂ ਇਹਦੇ ਤੋਂ ਨਹੀਂ ਘੁੰਮ ਕੇ ਉੱਥੇ ਹੀ ਜਾਣਾ। ਸੁਣ ਲਓ, ਬਾਅਦ ਕਰਦੀ ਆ ਜਿਹੜਾ ਲੱਗਿਆ ਹੋਇਆ ਚੌਂਕ ਹੈ, ਚੌਂਕ ਦੇ ਉੱਤੋਂ ਦੀ ਘੁੰਮ ਕੇ ਆਪਾਂ ਵਾਪਸ ਉੱਥੇ ਜਾਣਾ। ਅਗਲੀ ਗੱਲ ਮੈਂ ਤੁਹਾਨੂੰ ਅਪੀਲ ਕਰਦਾ, ਦੇਖੋ ਭਰਾਵੋ, ਲਗਾਤਾਰ 10 ਦਿਨਾਂ ਤੋਂ ਸੰਘਰਸ਼ ਕਮੇਟੀ ਦੇ ਨਾਲ ਰਲ ਕੇ ਸੰਘਰਸ਼ ਲੜਿਆ ਵੀ ਜੇ ਉਸ ਬੱਚੇ ਦੀ ਲਾਸ਼ ਮਿਲ ਜੇ ਤੇ ਪਰਿਵਾਰ ਨੂੰ ਇਨਸਾਫ਼ ਮਿਲ ਜੇ। ਅੱਜ ਤੋਂ ਬਾਅਦ ਆਪਾਂ ਉਸ ਸੰਘਰਸ਼ ਕਮੇਟੀ ਦਾ ਹਿੱਸਾ ਨਹੀਂ ਹੈਗੇ, ਪਰ ਪਰਿਵਾਰ ਨਾਲ ਖੜੇ ਆ, ਪਰਿਵਾਰ ਨਾਲ ਖੜੇ ਆ, ਖੜੇ ਰਵਾਂਗੇ। ਅਗਲੀ ਕਾਲ ਮੇਰੀ ਗੱਲ ਸੁਣ ਲਓ, ਜੇ ਕੋਈ ਨਹੀਂ ਹੱਲ ਹੁੰਦਾ ਇਹ ਸੰਘਰਸ਼ ਕਮੇਟੀ ਕੀ ਰਣਨੀਤੀ ਉਲੀਕਦੀ ਹੈ, ਇਹ ਇਹਨਾਂ ਦੇ ਸਿਰ ਦੀ ਗੱਲ ਆ। ਨਹੀਂ ਕੋਈ ਹੱਲ ਹੁੰਦਾ ਤਾਂ ਅਗਲੇ 5-7 ਦਿਨਾਂ ਦੇ ਵਿੱਚ ਮੈਂ ਸੱਦਾ ਦਊਂਗਾ, ਕਾਲ ਦਊਂਗਾ, ਚਾਹੇ ਕਿੱਕੀ ਢਿੱਲੋਂ ਦਾ ਘਰ ਘੇਰਾਂਗੇ, ਚਾਹੇ ਹਾਈਵੇ ਜਾਮ ਕਰਾਂਗੇ।
ਪਰ ਉੱਤੇ ਗੱਲ ਸੁਣ ਲਓ, ਆਹ ਤੁਹਾਡੀ ਗਿਣਤੀ ਆ ਤੂੰ 10 ਗੁਣਾ ਹੋਣੀ ਚਾਹੀਦੀ ਆ। ਉੱਥੇ ਹਿੱਲ ਜਾਣਾ ਚਾਹੀਦਾ ਸਾਰਾ ਫਰੀਦਕੋਟ ਨੀ, ਸਾਰਾ ਪੰਜਾਬ ਹਿੱਲ ਜਾਣਾ ਚਾਹੀਦਾ। ਨਾਲੇ ਆਪਾਂ ਜਾਂਦਿਆਂ ਹਾਂ ਮਾਰਨੇ ਆ ਮੇਰਾ ਵੀਰ, ਦੁੱਖ ਇੱਥੋਂ ਹੁੰਦਾ, ਨਿਰਾਸ਼ਤਾ ਇੱਥੋਂ ਮਨ ਚ ਝਲਕਦੀ ਹੈ, ਕਿਹੜੀ ਐਡਾ ਵੱਡਾ ਇਕੱਠ ਕਰਕੇ ਪੰਜਾਬ ਚੋਂ ਇੰਨੇ ਲੋਕ ਸੱਦ ਕੇ ਇੱਥੇ ਭਾਸ਼ਣ ਸੁਣਾਉ ਕੇ ਮੋੜਨੇ ਦਾ ਫਾਇਦਾ ਕੀ? ਫਾਇਦਾ ਹੁਣ ਉਹਨਾਂ ਨੇ ਪਤਾ ਕੀ ਕਹਿਣਾ ਵੀ ਸਾਰਾ ਸੰਘਰਸ਼ ਲੱਖੇ ਨੇ ਖਰਾਬ ਕਰਤਾ ਤਾਂ ਕੀ ਲੋਕ ਕਹੀ ਜਾਣ, ਮੈਨੂੰ ਕੋਈ ਪਰਵਾਹ ਨੀ ਵਾਲਾ। ਜੇ ਪੰਜਾਬ ਦੇ ਨੌਜਵਾਨ ਪੰਜਾਬ ਦੇ ਨਾਲ ਹੈ, ਚਾਹੇ ਪਰਚਾ ਕਰ ਦੇਣ, ਚਾਹੇ ਗ੍ਰਿਫਤਾਰ ਕਰ ਲੈਣ, ਪਰ ਅਗਲਾ ਅਗਲੀ ਕਾਲ ਕਿਹਦੇ ਘਰ ਦੀ? ਸੁਣ ਲਓ, ਜਾਂ ਹਾਈਵੇ ਜਾਮ ਦੀ ਹੋਊਗੀ, ਉਹਦੇ ਫਿਰ ਜੋ ਮਰਜ਼ੀ ਹੋ ਜੇ, ਤੁਹਾਡੇ ਨਾਲ ਵਾਅਦਾ ਰਿਹਾ, ਪਰ ਇਹਨਾਂ ਨੇ ਬਹੁਤ ਮਾੜੀ ਕੀਤੀ ਯਾਰ, ਮਨ ਇਸ ਗੱਲੋਂ ਖਰਾਬ। ਮੈਂ ਅਕਸ਼ਯ ਕਮੇਟੀ ਦਾ ਮੈਂਬਰ ਹਾਂ, ਮੈਨੂੰ ਵੀ ਕਹਿੰਦੇ ਅਸੀਂ ਨੀ ਕਰਨਾ, ਇਹ ਗਲਤ ਗੱਲ ਹੈ। ਮੈਂ 10 ਦਿਨਾਂ ਦਾ ਇੱਥੇ ਬੈਠਾ, ਹੁਣ 20 ਬੰਦੇ ਇੱਕ ਪਾਸੇ ਆ, ਮੈਂ ਇਕੱਲਾ ਇੱਕ ਪਾਸੇ ਆ। ਲੜਾਈ ਫਿਰ ਸਿਰੇ ਲਾ ਕੇ ਹਟਾਂਗੇ। ਪੁਲਿਸ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ, ਚੱਕ ਦੇ ਬਾਰੀ
ਕਤਲ ਕਾਂਡ ਨੂੰ ਲੈ ਕੇ ਇਨਸਾਫ਼ ਦੀ ਗੱਲ ਚੱਲੀ ਸੀ, ਪਰ ਜਿਹੜੀ ਸੰਘਰਸ਼ ਕਮੇਟੀ ਹੈ ਉਹ ਢਿੱਲੀ ਜਾਪਦੀ ਹੈ, ਤਾਂ ਕਿ ਲੱਖੇ ਸਥਾਨ ਦੇ ਸਪੋਰਟ ਜਿਹੜੇ ਨੌਜਵਾਨ ਨੇ ਉਹਨਾਂ ਦੇ ਉੱਤੇ ਵੱਖਰਾ ਜਿਹੜਾ ਇੱਕ ਰੋਸ ਮਾਰਚ ਜਿਹੜਾ ਉਹ ਕੱਢਣ ਦਾ ਐਲਾਨ ਕਰ ਦਿੱਤਾ। ਤੁਸੀਂ ਦੇਖ ਰਹੇ ਹੋ ਬੜੇ ਜੋਸ਼ ਤੇ ਖਰੋਸ਼ ਦੇ ਨਾਲ ਜਿਹੜਾ ਨੌਜਵਾਨ ਨੇ ਉਹ ਆਪਦਾ ਕੰਮ ਕਰਦੇ ਪਏ ਨੇ। ਪਾਸੇ ਲੱਖਾਂ ਸਥਾਨ ਆ ਰਹੇ ਸਪੋਰਟ ਨੇ, ਦੂਜੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੇ ਰੋਕਣ ਦੀ ਪੂਰੀ ਤਿਆਰੀ ਕਰ ਲਈ। ਹੁਣ ਦੇਖਣ ਵਾਲਾ ਹੋਏਗਾ ਕਿ ਕੋਈ ਇੱਥੇ ਚੱਪ ਹੁੰਦੀ ਹੈ ਜਾਂ ਸਮਝੌਤੇ ਨਾਲ ਗੱਲਬਾਤ ਹੁੰਦੀ ਹੈ। ਦੇਖੋ ਤੁਸੀਂ ਅਗਲੇ ਨਹੀਂ ਤੁਸੀਂ ਮੈਨੂੰ ਦੱਸੋ, ਸਾਨੂੰ ਇੱਕ ਸ਼ਾਂਤਮਈ ਨਹੀਂ ਮਾਰਚ ਕਰਨ ਕੀ ਅਸੀਂ ਅਸੀਂ ਕਿਸੇ ਦਾ ਘਾਓ ਨੀ ਕਰਨ ਜਾ ਰਹੇ। ਆਹ ਰੌਲਾ ਨਾ ਪਾਓ, ਨਹੀਂ ਪਾਉਂਦੇ ਬਾਈ ਧੱਕੇ ਮਾਰੀ ਜਾਂਦੇ ਆ, ਰੌਲਾ ਪਾਈ ਜਾਂਦੇ ਆ।
ਨਾ ਗੱਲ ਸੁਣਨ ਦੇ ਨਾ ਵਾਸਤਾ ਜਾਂ ਫਿਰ ਅਸੀਂ ਪਿੱਛੇ ਹੋਣਾ ਤੁਸੀਂ ਅੱਗੇ ਆ ਕੇ ਗੱਲ ਕਰ ਰੱਖੇ ਬਹਿ ਜਾ ਯਾਰ ਚਲਦਾ ਨਹੀਂ ਤੁਸੀਂ ਦੇਖ ਰਹੇ ਹੋ ਫਰੀਦਕੋਟ ਤੋਂ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜੀ ਸੰਘਰਸ਼ ਕਮੇਟੀ ਸੀ ਉਹ ਕਿਤੇ ਝੁਕ ਗਈ ਹੈ ਜਾਂ ਰੋਕੀ ਹੈ ਪਰ ਲੱਖਾਂ ਸਥਾਨਾ ਉਹਨਾਂ ਦੇ ਨੌਜਵਾਨ ਸਾਥੀ ਨੇ ਲਗਾਤਾਰ ਜਾਰੀ ਰੱਖ ਰਹੇ ਨੇ ਬਹੁਤ ਜਿਹੜਾ ਕਮਾਲ ਦਾ ਪ੍ਰਦਰਸ਼ਨ ਹੈ ਬਹੁਤ ਅੱਛਾ ਰੋਸ ਪ੍ਰਦਰਸ਼ਨ ਇੱਕ ਪਾਸੇ ਸੰਘਰਸ਼ ਕਮੇਟੀ ਆ ਉਸ ਲੱਖੇ ਦੇ ਸਪੋਰਟ ਉਹ ਕਹਿੰਦੇ ਅਸੀਂ ਮਾਰਚ ਕਰਨਾ ਹੀ ਕਰਨਾ ਤੁਸੀਂ ਰੋਸ ਪ੍ਰਦਰਸ਼ਨ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਪ੍ਰਸ਼ਾਸਨ ਮੁਰਦਾਬਾਦ 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 ਅੱਗੇ ਨਾ ਜਾਓ ਯਾਰ ਬੇਟਾ ਨੀਵਾਂ ਰੱਖੋ ਯਾਰ ਸਾਰੇ ਨੀਵਾਂ ਰੱਖ ਨੀਵੇਂ ਰੱਖੇ ਬਹੁਤ ਜਨਤਾ ਨੇ ਹੰਗਾਰਾ ਭਰਿਆ ਬਹੁਤ ਜ਼ਿਆਦਾ ਭਰਿਆ ਲਾਸ਼ ਲੈਣ ਵਾਸਤੇ ਤਰਲੇ ਮਾਰਦੇ ਪਏ ਆ ਬਹੁਤ ਜਨਤਾ ਨੇ ਹੰਗਾਰਾ ਬਾਬਾ ਜੀ ਕੱਲ ਤੁਹਾਡੀ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੋਈ ਸੀ ਉਹਨੇ ਤਾਂ ਮੈਨੂੰ ਇੰਨੇ ਆਖਿਆ ਵੀ ਸ਼ਾਂਤ ਰਹਿਣ ਵਾਸਤੇ ਬਾਅਦ ਦੀ ਗੱਲ ਕਰਾਂਗੇ ਸ਼ਾਂਤ ਰਹਿਣ ਵਾਸਤੇ ਜਿੰਨੇ ਮੁਲਕ ਨੂੰ ਅਪੀਲ ਕਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ
ਤੇ ਪੀਲਕਾਰ ਲੋਕਾਂ ਨੂੰ। ਅੱਜ ਤੁਸੀਂ ਕੋਈ ਰੋਸ ਪ੍ਰਦਰਸ਼ਨ ਕੀਤਾ ਕਿ ਕੱਲਾ ਸਿਰਫ ਇੱਥੇ ਬਹਿ ਕੇ? ਆਹ ਚੀਜ਼ ਚੱਲੀ ਆ ਜੋ ਮੁੰਡਿਆਂ ਨੇ, ਬੜੀ ਮਿਹਰਬਾਨੀ ਬੜਾ ਬਹੁਤ ਵਧੀਆ ਕੀਤਾ। ਅਗਲਾ ਸੰਘਰਸ਼ ਕੀ ਹੈ ਤੁਹਾਡਾ? ਉਹ ਤਾਂ ਕਮੇਟੀ ਤੋਂ ਬਣਾ, ਮੈਨੂੰ ਨਹੀਂ। ਬਾਪੂ ਕਹਿ ਦਿਓ ਲਾਸ਼ ਦੇ ਦਿਓ, ਬਾਪੂ ਬੋਲ ਝੋਲੀ ਅੱਡ ਕੇ ਮੇਰੀ ਧੀ ਨੂੰ ਲਾਸ਼ ਦੇ ਦਿਓ। ਬਾਬਾ ਜੀ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਮੀਡੀਆ ਵਾਲਿਆਂ ਨੂੰ ਸਾਰਾ ਕੁਛ ਪਤਾ। ਤੰਗ ਕਾਹਦਾ ਕਰਦੇ ਆ, ਤੰਗ ਵਿਚਾਰਾ ਕਾਹਦੇ ਕਰਦੇ ਆ? ਤੂੰ ਆ ਦਿਓ ਲਾਸ਼ ਜੰਤੋ, ਮੈਂ ਸਤਿਕਾਰ ਕਰ ਰਿਹਾ, ਮੇਰਾ ਦਿਲ ਸ਼ਾਂਤ ਹੋ ਜੇ, ਮੇਰੀ ਧੀ ਦਾ ਦਿਲ ਸ਼ਾਂਤ ਹੋ ਜੇ, ਤੂੰ ਆ ਦਿਓ ਲਾਸ਼ ਹੋਏ। ਮੈਡਮ ਆਇਓ ਅੱਗੇ, ਕਰ ਜਾਓ ਬਾਪੂ ਜੀ, ਤੁਸੀਂ ਹਿੰਦੀ ਚ ਗੱਲ ਕਰੋ। ਮੈਡਮ ਕੀ ਕਿਉਂ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ? ਅੱਜ ਜਿਹੜਾ ਇਹ ਡਾਂਡਾ ਪ੍ਰੋਟੈਸਟ ਹੈ, ਡੂ ਯੂ ਥਿੰਕ ਤੁਹਾਨੂੰ ਇਹ ਕੁਐਸਚਨ ਪੁੱਛਣਾ ਵੀ ਚਾਹੀਦਾ ਸੀ ਕਿਉਂ ਪ੍ਰੋਟੈਸਟ ਕਰ ਰਹੇ ਹਾਂ? ਇੱਕ ਮੁੰਡੇ ਦੀ ਕਿੰਨੇ ਦਿਨਾਂ ਤੋਂ ਲਾਸ਼ ਨਹੀਂ ਦੇ ਰਹੇ ਹੈਗੇ, ਉਹਦੇ ਮਾਪੇ ਇੰਨੀ ਦੇਰ ਤੋਂ ਪ੍ਰੋਟੈਸਟ 'ਚ ਬੈਠੇ ਆ, ਪੂਰੇ ਪੰਜਾਬ ਤੋਂ ਲੋਕ ਉਹਨਾਂ ਦੇ ਲਈ ਆਏ ਆ, ਠੀਕ ਹੈ? ਤੇ ਇਹ ਸਵਾਲ ਪੁੱਛਣ ਵਾਲਾ ਹੀ ਨਹੀਂ ਵੀ ਅਸੀਂ ਪ੍ਰੋਟੈਸਟ ਕਿਉਂ ਕਰ ਰਹੇ ਹਾਂ। ਕਿਸੇ ਨੂੰ ਕੋਈ ਹੱਕ ਨਹੀਂ ਗਾ, ਪਹਿਲੀ ਗੱਲ ਆ ਕਿ ਕਸਟਡੀ ਦੇ ਵਿੱਚ ਕਿਸੇ ਨੂੰ ਮਾਰੇ, ਠੀਕ। ਦੂਜੀ ਗੱਲ ਆ, ਜੇ ਕਸਟਡੀ ਦੇ ਵਿੱਚ ਤੁਸੀਂ ਇਹੋ ਜਿਹੀ ਹਰਕਤ ਕਰ ਹੀ ਦਿੱਤੀ ਆ, ਠੀਕ, ਤੁਸੀਂ ਉਹਦੀ ਲਾਸ਼ ਨਹੀਂ ਰੱਖ ਸਕਦੇ। ਲਾਸ਼ ਤਾਂ ਇੰਟਰਨੈਸ਼ਨਲ ਜਿਹੜੇ ਪ੍ਰਿਜ਼ਨਰ ਆਫ ਵਾਰ ਹੁੰਦੇ ਜਾਂ ਜਿਹੜੇ ਵਾਰ ਦੇ ਵਿੱਚ ਮਰਦੇ ਆ ਦੂਜੇ ਦੇਸ਼ ਦੇ, ਆਪਾਂ ਤਾਂ ਉਹਨਾਂ ਦੀਆਂ ਲਾਸ਼ਾਂ ਨਹੀਂ ਰੱਖ ਸਕਦੇ ਹੈਗੇ। ਤੇ ਫਿਰ ਪੁਲਿਸ ਨੂੰ ਕਿਹਨੇ ਹੱਕ ਦਿੱਤਾ ਆ ਕਿ ਇੱਕ ਤੁਸੀਂ ਆਮ ਨੌਜਵਾਨ ਨੂੰ ਚੱਕ ਕੇ ਲੈ ਜਾਓ ਤੇ ਉਹਨੂੰ ਤੁਸੀਂ ਮਾਰ ਕੇ ਤੇ ਉਹਦੀ ਲਾਸ਼ ਵੀ ਨਾ ਦਵੋ? ਉੱਤੇ ਦੀ ਫਿਰ ਉਹਨੂੰ ਬਦਨਾਮ ਕਰਨ ਲਈ ਨਵੀਆਂ ਨਵੀਆਂ ਕਹਾਣੀਆਂ ਘੜ ਰਹੇ ਆ, ਲੋਕ ਲਹਿਰ ਨੂੰ ਖਤਮ ਕਰਨ ਲਈ ਕਿੱਡੀ ਘਟੀਆ ਗੱਲ ਆ। ਤੇ ਪਰਿਵਾਰ ਇੱਥੇ ਇੰਨੀ ਦੇਰ ਤੋਂ ਬੈਠਾ, ਬਾਪੂ ਜੀ ਇੰਨੀ ਦੇਰ ਤੋਂ ਤੁਹਾਨੂੰ ਰਿਕੁਐਸਟ ਕਰ ਰਹੇ, ਇਹਨਾਂ ਨੂੰ ਪੰਜਾਬ ਪੁਲਿਸ ਨੂੰ, ਇੱਥੇ ਦੇ MLA ਨੂੰ, ਤੇ ਪੰਜਾਬ ਸਰਕਾਰ ਦੇ ਕੰਮ ਦੇ ਉੱਤੇ ਜੂ ਨਹੀਂ ਸਕਦੀ, ਇਹਨਾਂ ਨੂੰ ਅਕਲ ਨਹੀਂ ਆਉਂਦੀ ਬਿਲਕੁਲ ਵੀ। ਇਹਨਾਂ ਦੇ ਆਪਦੇ ਘਰ ਵੀ ਤਾਂ ਹੈਗੇ ਆ ਪੁੱਤ, ਜਦੋਂ ਇਹਨਾਂ ਦੇ ਆਪਣੇ ਘਰ ਇੱਦਾਂ ਅੱਗ ਲੱਗੂਗੀ ਫਿਰ ਪਤਾ ਲੱਗੂਗਾ ਇਹਨਾਂ ਨੂੰ। ਜਿਹੜੇ ਤੁਸੀਂ ਇੱਕ ਕੁਐਸਚਨ ਕੀਤਾ ਸੀਗਾ ਵੀ ਲਾਸ਼ ਲੱਭ ਰਹੇ ਕਿ ਨਹੀਂ ਲੱਭ ਰਹੇ, ਉਹ ਲਾਸ਼ ਤਾਂ ਨਹੀਂ ਲੱਭ ਰਹੇ, ਉਹਨਾਂ ਨੇ ਮੁੰਡੇ ਨੂੰ ਮਾਰਿਆ, ਕੁੱਟ ਕੁੱਟ ਕੇ ਮਾਰਿਆ। ਜੇ ਲਾਸ਼ ਸਾਹਮਣੇ ਆਉਂਦੀ ਆ ਉਹ ਗੱਲ ਸਾਰੀ ਸਾਹਮਣੇ ਆਊਗੀ, ਉਹਨੇ ਕੋਈ ਫਾਹਾ ਨਹੀਂ ਲਿਆ ਗਾ, ਸਿਰਫ ਇਹਨਾਂ ਨੇ ਕੁੱਟ ਕੁੱਟ ਕੇ ਮਾਰਿਆ, ਉਹ ਤਾਂ ਨਹੀਂ ਲਾਸ਼ ਲੱਭ ਰਹੇ ਗੇ। ਜਿਹੜਾ ਅੱਜ ਅਸੀਂ ਸੰਘਰਸ਼ ਕਮੇਟੀ ਤੋਂ ਵੱਖਰਾ ਹੋ ਕੇ, ਸੰਘਰਸ਼ ਕਮੇਟੀ ਨੇ ਪਹਿਲਾਂ ਇਹ ਕਿਹਾ ਸੀਗਾ ਵੀ ਅਸੀਂ ਮਾਰਚ ਕਰਾਂਗੇ, ਸਾਰੇ ਨੌਜਵਾਨਾਂ ਨੇ ਇਸ ਚੀਜ਼ ਦੀ ਵੇਟ ਕੀਤੀ 3 ਵਜੇ ਤੱਕ, ਪਰ 3 ਵਜੇ ਸੰਘਰਸ਼ ਕਮੇਟੀ ਨੇ ਜਵਾਬ ਦਿੱਤਾ ਵੀ ਅਸੀਂ ਮਾਰਚ ਨਹੀਂ ਕਰਨਾ। ਇੱਥੇ ਲੋਕਾਂ ਨੂੰ ਕਿਉਂ ਸੱਦਿਆ ਸੀਗਾ? ਜੇ ਮਾਰਚ ਨਹੀਂ ਕਰਨਾ ਸੀ, ਜੇ ਰੋਸ ਨਹੀਂ ਕਰਨਾ ਸੀ, ਪਰ ਸਾਰੇ ਨੌਜਵਾਨਾਂ ਨੇ ਇੱਕ ਸਾਈਡ ਹੋ ਕੇ ਜਿਹੜਾ ਸ਼ਹਿਰ ਦੇ ਵਿੱਚ ਮਾਰਚ ਕੀਤਾ, ਇਹ ਇੱਕ ਸੁਨੇਹਾ ਹੀ ਦਿੱਤਾ। ਉਸ ਤੋਂ ਬਾਅਦ ਜੇ 5-7 ਦਿਨਾਂ ਦੇ ਵਿੱਚ ਨਾ ਹੱਲ ਹੋਇਆ, ਤਾਂ ਜਿਹੜਾ ਅੰਮ੍ਰਿਤਸਰ ਵਾਲਾ ਵੱਡਾ ਰੋਡ ਆ ਉਹਨੂੰ ਅਸੀਂ ਰੈਗੂਲਰ ਪੱਕਾ ਜਾਮ ਕਰਾਂਗੇ ਜਿੰਨਾ ਚਿਰ ਜਸਪਾਲ ਦੀ ਲਾਸ਼ ਨਹੀਂ ਮਿਲਦੀ ਤੇ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ। ਖਾਸ ਸਾਹਿਬ, ਤੁਹਾਡੇ ਤੇ ਵੀ ਪੁਲਿਸ ਨੇ ਕਾਫੀ ਸਤਰਕਤ ਕੀਤੀਆਂ ਸੀਗੇ, ਤੁਹਾਨੂੰ ਵੀ ਟੌਰਚਰ ਕੀਤਾ ਗਿਆ ਸੀਗਾ, ਕੀ ਲੱਗਦਾ ਪੁਲਿਸ ਇਸ ਤਰ੍ਹਾਂ? ਬਿਲਕੁਲ ਜੀ, ਇਹ ਜਿਹੜਾ 3rd degree ਟੌਰਚਰ ਸਾਡੇ ਤੇ ਹੋਇਆ ਸੀ, ਉਦੋਂ ਚੱਡੇ ਸਾਡੇ ਪਾੜੇ ਸੀ, ਕਰੰਟ ਲਾਇਆ, ਪੁੱਠੇ ਲਮਕਾਇਆ, ਉਹ ਚੀਜ਼ ਹੀ ਇਹ ਜਸਪਾਲ ਨਾਲ ਹੋਈ ਆ। ਜਿਹੜਾ ਪੁਲਿਸ, ਮੈਂ ਦੱਸ ਦੇਣਾ, ਸੀ ਐਸ ਸਟਾਫ ਇਸੇ ਫਰੀਦਕੋਟ ਸੀ ਐਸ ਸਟਾਫ ਚ ਰਿਹਾ, ਉੱਥੇ ਆਪਾਂ ਕਿਸੇ ਪੁਲਿਸ ਤੋਂ ਪੁੱਛ ਕੇ ਪਾਣੀ ਦੀ ਘੁੱਟ ਨਹੀਂ ਪੀ ਸਕਦੇ। ਇਹ ਕਹਿੰਦੇ ਉਹ ਇਹ ਕਹਿ ਰਹੇ ਵੀ ਉਹਨੇ ਫਾਹਾ ਲੈ ਲਿਆ, ਉੱਥੇ ਤਾਂ ਪਾਣੀ ਦੀ ਘੁੱਟ ਨਹੀਂ ਪੀ ਸਕਦੇ ਆਪਾਂ ਇਹਨਾਂ ਦੀ ਇਜਾਜ਼ਤ ਤੋਂ ਬਿਨਾਂ। ਇਹ ਸਾਰੀ ਸਰਾਸਰ ਜਿਹੜੀ ਸਾਜ਼ਿਸ਼ ਹੈ, ਝੂਠ ਆ,
ਇਹ ਪੁਲਿਸ ਨੇ ਕੁੱਟਕੁੱਟੀ ਮਾਰਿਆ ਜਸਪਾਲ ਨੂੰ, ਕਿਉਂ ਕਰਕੇ 18 ਤਰੀਕ ਨੂੰ ਚੱਕਿਆ ਸੀਗਾ, 19 ਤਰੀਕ ਨੂੰ ਇਲੈਕਸ਼ਨ ਸੀ, ਉਹਨਾਂ ਨੂੰ ਆਏ ਸੀ ਕੋਈ ਗੜਬੜ ਨਾ ਹੋਵੇ, ਹਾਲਾਂਕਿ ਉਹ ਇੱਦਾਂ ਦਾ ਇਨਸਾਨ ਨਹੀਂ ਸੀਗਾ. ਉਹ ਕੀ ਬੋਲਦਾ, ਇਹਨਾਂ ਨੇ ਆਪਦੀਆਂ ਫੀਤੀਆਂ ਲਵਾਉਣ ਵਾਲੇ ਨਰਿੰਦਰ ਅਰਗਿਆਂ ਨੇ ਕੁੱਟਕੁੱਟੀ ਉਸ ਨੌਜਵਾਨ ਨੂੰ ਜਸਪਾਲ ਨੂੰ ਮਾਰਤਾ. ਅਗਲਾ ਪ੍ਰੋਗਰਾਮ ਇਹ ਆ, ਅੱਜ ਅਸੀਂ ਇੱਕ ਸੁਨੇਹਾ ਦਿੱਤਾ ਸਿਰਫ, ਪਰ 5-7 ਦਿਨਾਂ ਵਿੱਚ ਜੇ ਇਹਨਾਂ ਨੂੰ ਲਾਸ਼ ਅਤੇ ਇਨਸਾਫ ਨਾ ਮਿਲਿਆ, ਦੋਸ਼ੀਆਂ 'ਤੇ ਕਾਰਵਾਈ ਨਾ ਹੋਈ, ਅੰਮ੍ਰਿਤਸਰ ਵਾਲਾ ਰੋਡ ਪੱਕਾ ਜਾਮ ਕਰਾਂਗੇ, ਚਾਹੇ ਸਾਡੇ ਗੋਲੀਆਂ ਮਾਰ ਦੇ. ਸ਼ਹਿਰ ਦਾ ਮਾਰਚ ਜੋ ਐਕਸ਼ਨ ਕਮੇਟੀ ਬਣੀ, ਬੈਠਣਾ ਚੁੱਪ ਹੀ ਕਰ ਜੋ ਗੱਲਾਂ
ਤੁਸੀਂ ਮੂਹਰੇ ਚੁੱਪ ਕਰ ਲਓ ਯਾਰ, ਤੁਸੀਂ ਚੁੱਪ ਕਰ ਲਓ। ਮੈਕ ਦੇ ਦੋ ਤੁਸੀਂ ਚੁੱਪ ਕਰ ਦਿਓ, ਮੂਹ ਨਾ ਚੁੱਪ ਕਰ ਦਿਓ, ਚੁੱਪ ਕਰ ਦਿਓ ਤੁਸੀਂ। ਚੁੱਪ ਕਰ, ਚਲੋ ਵੀਰੇ ਬੋਲੋ, ਸ਼ਾਂਤ ਰਹੋ। ਜੋ ਐਕਸ਼ਨ ਕਮੇਟੀ ਬਣੀ, ਮੈਂ ਤੁਹਾਨੂੰ ਵਾਰ ਵਾਰ ਕਿਹਾ ਕਿ ਕੱਲ੍ਹ ਇਹ ਫੈਸਲਾ ਹੋ ਗਿਆ ਸੀ ਕਿ ਇੱਥੇ ਮੁਜ਼ਾਹਰਾ ਕਰਕੇ, ਇੱਥੇ ਰੈਲੀ ਕਰਕੇ ਬਾਜ਼ਾਰ 'ਚ ਮਾਰਚ ਕਰ। ਉਦੋਂ ਬਾਅਦ ਆਹ ਜਿੰਨੇ ਤੁਸੀਂ ਨੌਜਵਾਨ ਹਜ਼ਾਰਾਂ ਦੀ ਗਿਣਤੀ 'ਚ ਆਏ ਹੋ, ਪੰਜਾਬ ਦੇ ਕੋਨੇ ਕੋਨੇ 'ਚੋਂ ਆਏ ਹਾਂ, ਜਸਪਾਲ ਦਾ ਦਰਦ ਸਮਝ ਕੇ ਆਏ ਹੋ, ਇਨਸਾਫ ਦਿਵਾਉਣ ਲਈ ਆਏ ਹਾਂ। ਅਸੀਂ ਵੀ ਕਹਿੰਦੇ ਸੀ, ਮੈਂ ਵੀ ਗੱਲ ਰੱਖੀ ਸੀ ਕੱਲ੍ਹ ਵੀ ਅਤੇ ਅੱਜ ਵੀ ਰੱਖੀ, ਤੁਸੀਂ ਸੁਣੀ ਹੋਣੀ ਸਟੇਜ 'ਤੇ, ਕਿ ਇੱਥੇ ਇਕੱਲਾ ਰੈਲੀ ਮੁਜ਼ਾਹਰਾ ਕਰਨ ਵਾਲਾ ਆਪਣੀ ਗੱਲ ਨਹੀਂ ਬਣਨੀ। ਇੱਕ ਮਾਰਚ ਜਾਵੇ ਬਾਜ਼ਾਰ 'ਚ, ਲੋਕਾਂ 'ਚ ਗੱਲ ਜਾਵੇ ਕਿ ਮਸਲਾ ਹੈ ਕੀ ਆ, ਸਰਕਾਰ ਦੇ ਕੰਨਾਂ ਦਾ ਗੱਲ ਜਾਵੇ, ਤਾਂ ਉਹ ਗੱਲ ਤੋਂ ਕਹਿੰਦੇ ਵੀ ਆਹ ਜਿਹੜੇ ਇਕੱਠੇ ਹੋਏ ਆ ਤਮਾਸ਼ਬੀਨ ਹੈ, ਇਹ ਹੁਲੜਬਾਜ਼ ਹੈ, ਇਹ ਮਾਹੌਲ ਨੂੰ ਖਰਾਬ ਕਰਨਗੇ, ਅਸੀਂ ਮੁਜ਼ਾਹਰਾ ਮਾਰਚ ਨਹੀਂ ਕਰਨਾ। ਆਪਾਂ ਗੱਲ ਕੀਤੀ ਸੀ, ਆਪਾਂ ਮਾਰਚ ਕੀਤਾ, ਆਪਾਂ ਉੱਥੋਂ ਨਹੀਂ ਘੁੰਮ ਕੇ ਉੱਥੇ ਹੀ ਜਾਣਾ। ਸੁਣ ਲਓ, ਬਾਅਦ ਕਰਨੀ ਹੈ। ਆਹ ਜਿਹੜਾ ਲੱਗਿਆ ਹੋਇਆ ਚੌਂਕ ਹੈ, ਚੌਂਕ ਦੇ ਉੱਤੋਂ ਦੀ ਘੁੰਮ ਕੇ ਆਪਾਂ ਵਾਪਸ ਉੱਥੇ ਜਾਣਾ। ਅਗਲੀ ਗੱਲ ਮੈਂ ਤੁਹਾਨੂੰ ਅਪੀਲ ਕਰਦਾ, ਦੇਖੋ ਭਰਾਵੋ, ਲਗਾਤਾਰ 10 ਦਿਨਾਂ ਤੋਂ ਸੰਘਰਸ਼ ਕਮੇਟੀ ਦੇ ਨਾਲ ਰਲ ਕੇ ਸੰਘਰਸ਼ ਲੜਿਆ ਵੀ ਜੇ ਉਸ ਬੱਚੇ ਦੀ ਲਾਸ਼ ਮਿਲ ਜੇ ਤੇ ਪਰਿਵਾਰ ਨੂੰ ਇਨਸਾਫ ਮਿਲ ਜੇ। ਅੱਜ ਤੋਂ ਬਾਅਦ ਆਪਾਂ ਉਸ ਸੰਘਰਸ਼ ਕਮੇਟੀ ਦਾ ਹਿੱਸਾ ਨਹੀਂ ਹੈਗੇ, ਪਰ ਪਰਿਵਾਰ ਨਾਲ ਖੜੇ ਹਾਂ, ਪਰਿਵਾਰ ਨਾਲ ਖੜੇ ਹਾਂ, ਖੜੇ ਰਵਾਂਗੇ। ਅਗਲੀ ਕਾਲ ਮੇਰੀ ਗੱਲ ਸੁਣ ਲਓ, ਜੇ ਕੋਈ ਨਹੀਂ ਹੱਲ ਹੁੰਦਾ, ਇਹ ਸੰਘਰਸ਼ ਕਮੇਟੀ ਕੀ ਰਣਨੀਤੀ ਲੀਕਦੀ ਹੈ, ਇਹ ਇਹਨਾਂ ਦੇ ਸਿਰ ਦੀ ਗੱਲ ਆ। ਨਹੀਂ ਕੋਈ ਹੱਲ ਹੁੰਦਾ ਤਾਂ ਅਗਲੇ 5-7 ਦਿਨਾਂ ਦੇ ਵਿੱਚ ਮੈਂ ਸੱਦਾ ਦਊਂਗਾ, ਕਾਲ ਦਊਂਗਾ, ਚਾਹੇ ਕਿੱਕੀ ਢਿੱਲੋਂ ਦਾ ਘਰ ਘੇਰਾਂਗੇ, ਚਾਹੇ ਹਾਈਵੇ ਜਾਮ ਕਰਾਂਗੇ। ਪਰ ਉਦੇ ਗੱਲ ਸੁਣ ਲਓ, ਆਹ ਤੁਹਾਡੀ ਗਿਣਤੀ ਹੈ, ਤੂੰ 10 ਗੁਣਾ ਹੋਣੀ ਚਾਹੀਦੀ ਆ। ਉੱਥੇ ਹਿੱਲ ਜਾਣਾ ਚਾਹੀਦਾ ਸਾਰਾ ਫਰੀਦਕੋਟ ਨੀ, ਸਾਰਾ ਪੰਜਾਬ ਹਿੱਲ ਜਾਣਾ ਚਾਹੀਦਾ। ਨਾਲੇ ਆਪਾਂ ਜਾਂਦਿਆਂ ਹਾਂ ਮਾਰਨੇ ਆ ਮੇਰਾ ਵੀਰਾ, ਦੁੱਖ ਇੱਥੋਂ ਹੁੰਦਾ, ਨਿਰਾਸ਼ਤਾ ਇੱਥੋਂ ਮਨ ਚ ਝਲਕਦੀ ਹੈ, ਕਿਹੜੀ ਐਡਾ ਵੱਡਾ ਇਕੱਠ ਕਰਕੇ ਪੰਜਾਬ ਚੋਂ ਇੰਨੇ ਲੋਕ ਸੱਦ ਕੇ ਇੱਥੇ ਭਾਸ਼ਣ ਸੁਣਾ ਕੇ ਮੋੜਨੇ ਦਾ ਫਾਇਦਾ ਕੀ? ਫਾਇਦਾ ਹੁਣ ਉਹਨਾਂ ਨੇ ਪਤਾ ਕੀ ਕਹਿਣਾ ਵੀ ਸਾਰਾ ਸੰਘਰਸ਼ ਲੱਖੇ ਨੇ ਖਰਾਬ ਕਰਤਾ, ਤਾਰ ਪਿੰਡੋਂ ਕਰਤਾ, ਕਹੀ ਜਾਣ, ਮੈਨੂੰ ਕੋਈ ਪ੍ਰਵਾਹ ਨੀ ਆਲਾ। ਜੇ ਪੰਜਾਬ ਦੇ ਨੌਜਵਾਨ ਪੰਜਾਬ ਦੇ ਨਾਲ ਹੈ, ਚਾਹੇ ਇਹ ਪਰਚਾ ਕਰ ਦੇਣ, ਚਾਹੇ ਗ੍ਰਿਫਤਾਰ ਕਰ ਲੈਣ, ਪਰ ਅਗਲੀ ਕਾਲ ਕਿੱਕੀ ਦੇ ਘਰ ਦੀ ਸੁਣ ਲਓ, ਜਾਂ ਹਾਈਵੇ ਜਾਮ ਦੀ ਹੋਊਗੀ, ਉਹਦੇ ਫਿਰ ਜੋ ਮਰਜ਼ੀ ਹੋ ਜੇ, ਤੁਹਾਡੇ ਨਾਲ ਵਾਅਦਾ ਰਿਹਾ, ਪਰ ਇਹਨਾਂ ਨੇ ਬਹੁਤ ਮਾੜੀ ਕੀਤੀ ਯਾਰ, ਮਨ ਇਸ ਗੱਲੋਂ ਖਰਾਬ। ਮੈਂ ਐਕਸ਼ਨ ਕਮੇਟੀ ਦਾ ਮੈਂਬਰ ਹਾਂ, ਮੈਨੂੰ ਵੀ ਕਹਿੰਦੇ ਅਸੀਂ ਨੀ ਕਰਨਾ, ਤੂੰ ਜਾ, ਇਹ ਗਲਤ ਗੱਲ ਹੈ। ਮੈਂ 10 ਦਿਨਾਂ ਇੱਥੇ ਬੈਠਾ, ਹੁਣ 20 ਬੰਦੇ ਇੱਕ ਪਾਸੇ ਆ, ਮੈਂ ਇਕੱਲਾ ਇੱਕ ਪਾਸੇ ਆ।
ਸਾਰੇ ਪਿੰਡਾਂ ਜਾ ਕੇ ਸੁਣ ਲਓ, ਲੜਾਈ ਫਿਰ ਸਿਰੇ ਲਾ ਕੇ ਹਟਾਂਗੇ ਹੁਣ ਥੋੜਾ ਪਰ ਫੇਰ ਦੂਜੇ ਦੇ
ਦੇਣੀ।